ਅਗਲੇ ਵੀਰਵਾਰ ਦਾ ਸਮਾਗਮ ਮਾਤਾ ਜੋਗਿੰਦਰ ਕੌਰ ਜੀ ਸਰਦਾਰ ਸੰਦੀਪ ਸਿੰਘ ਜੀ ਦੇ ਗ੍ਰਹਿ ਵਿਖੇ 338 ਈ ਬਲੋਕ ਰਣਜੀਤ ਐਵਨਿਊ ਵਿਖੇ ਫਿਰ ਆਪ ਜੀ ਕਿਰਪਾ ਕਰਿਓ। ਮਾਤਾ ਜੋਗਿੰਦਰ ਕੌਰ ਜੀ ਸਰਦਾਰ ਸੰਦੀਪ ਸਿੰਘ ਜੀ 338 ਈ ਬਲੋਕ ਰਣਜੀਤ ਐਵਨਿਊ ਉੱਥੇ ਅਗਲਾ ਸਮਾਗਮ ਹੈ ਵੀਰਵਾਰ ਦਾ। ਜਿਵੇਂ ਭੈਣ ਜੀ ਆਪ ਜੀ ਨੂੰ ਦੱਸ ਰਹੇ ਸਨ ਕਿ ਸੰਗਤ ਕਰਨ ਨਾਲ ਕਿਸੇ ਨੂੰ ਘਾਟਾ ਨਹੀਂ ਹੁੰਦਾ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਾਣੀ ਵਿੱਚ ਫਰਮਾਨ ਹੈ, ਸੰਤਨ ਸਿਉਂ ਹਮ ਲਾਹਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਹਮੇਸ਼ਾ ਸੰਗਤ ਕਰਨ ਨਾਲ ਮਹਾਂਪੁਰਖਾਂ ਦੀ ਹਮੇਸ਼ਾ ਤੁਹਾਨੂੰ ਵਾਧਾ ਹੀ ਵਾਧਾ ਹੋਏਗਾ, ਕਦੀ ਘਾਟਾ ਨਹੀਂ ਹੋਏਗਾ। ਆਖੋ ਸਤਨਾਮ ਸ੍ਰੀ। ਇਹ 2018 ਦਾ ਜੋ ਅੱਜ ਪਹਿਲਾ ਸਮਾਗਮ, ਜੋ 2018 ਹੁਣ ਨਵਾਂ ਸਾਲ ਚੜਿਆ, ਅੱਜ ਵੀਰਵਾਰ ਦਾ ਸਮਾਗਮ, ਅਰਦਾਸ ਕਰਿਓ ਸਤਿਗੁਰ ਮਿਹਰ ਕਰਨ। ਇਸੇ ਤਰ੍ਹਾਂ ਸੰਗਤ ਦੀਆਂ ਘੜੀਆਂ ਸਾਰਾ ਸਾਲ, ਸਾਰੀ ਜ਼ਿੰਦਗੀ, ਅਖੀਰਲੇ ਸਵਾਸਾਂ ਤੱਕ ਸਤਿਗੁਰ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਖਾਂ ਦਾ ਬਚਨ ਦੇ ਸਾਰੇ ਧਿਆਨ ਨਾਲ ਕਿਰਪਾ ਕਰਿਓ। ਕਹਿੰਦੇ ਸਰੀਰ ਸਿਹਤ ਢਿੱਲੀ ਹੋਵੇ, ਅਸੀਂ ਕਾਰੋਬਾਰ ਨੂੰ ਸੰਕੋਚ ਕੇ ਕਿਸੇ ਦੀ ਡਿਊਟੀ ਲਗਾ ਦਿੰਦੇ। ਸਰੀਰ ਢਿੱਲਾ, ਅਸੀਂ ਸੰਕੋਚ ਕੇ ਕਾਰੋਬਾਰ ਨੂੰ ਕਿਸੇ ਦੀ ਡਿਊਟੀ ਲਗਾਈ, ਪੁੱਤਰ ਦੀ ਲਗਾਈ, ਭਤੀਜੇ ਦੀ ਲਗਾਈ, ਅਸੀਂ ਕਿਸੇ ਦੀ ਡਿਊਟੀ ਲਗਾ ਕੇ ਫਿਰ ਆਪਣਾ ਸਰੀਰ ਨੂੰ ਆਰਾਮ ਦਿੰਦੇ ਹਾਂ। ਸਰੀਰ ਦੇ ਸਾਡੇ ਦਿੱਤੇ ਹੋਏ ਗੁਰੂ ਵੱਲੋਂ ਸਵਾਸ ਖਤਮ ਹੋ ਜਾਣ, ਅਸੀਂ ਫਿਰ ਵੀ ਸਾਡੀ ਡਿਊਟੀ ਖਤਮ ਕਾਰੋਬਾਰ ਤੋਂ। ਕਹਿੰਦੇ ਸੂਰਮਾ ਕੌਣ ਹੈ, ਜਾ ਕੋ ਹਰ ਰੰਗ ਲਾਗੋ, ਇਸ ਯੁਗ ਮੈਂ ਸੋ ਕਹੀਅਤ ਹੈ। ਸੂਰਾ ਇੱਕ ਉਹ ਸੂਰਮਾ ਜਿਹੜਾ ਰੰਗ ਤੱਤੇ ਵਿੱਚ ਜੂਝਦਾ, ਇੱਕ ਉਹ ਸੂਰਮਾ ਜਿਹੜਾ ਕਲਯੁਗ ਦੇ ਵਿੱਚ, ਘੋਰ ਕਲਯੁਗ ਦੇ ਵਿੱਚ ਜਿਹੜੀਆਂ ਸੰਗਤ ਦੀਆਂ ਘੜੀਆਂ ਆ ਕੇ ਆਪਣੇ ਕਾਰੋਬਾਰ ਸੰਕੋਚ ਕੇ, ਆਪਾਂ ਸਿਹਤ ਢਿੱਲੀ ਹੋਈ ਕਾਰੋਬਾਰ ਛੱਡਿਆ, ਸਵਾਸ ਖਤਮ ਹੋਏ ਕਾਰੋਬਾਰ ਛੱਡਿਆ, ਪਰ ਬਾਬਾ ਆਨੰਦ ਸਿੰਘ ਜੀ ਕਹਿੰਦੇ ਸਨ ਅਸਲੀ ਸੂਰਮਾ ਉਹ ਹੈ ਜਿਹੜਾ ਕਾਰੋਬਾਰ ਕਰਦਿਆਂ ਹੋਇਆਂ ਵੀ ਕੰਮ ਧੰਦਿਆਂ ਨੂੰ ਸੰਕੋਚ ਕੇ ਸੰਗਤ ਕਰਦਾ ਹੈ। ਆਖੋ ਸਤਨਾਮ ਸ੍ਰੀ। ਇਹ ਸਾਰਿਆਂ ਨੇ ਆਪਣੀ ਵੀ, ਸਾਡੀ ਵੀ, ਜਿਤਨੇ ਮਹਾਂਪੁਰਖਾਂ ਦੇ ਅਸੀਸ ਨਾਲ ਜੱਥੇ ਚੱਲ ਰਹੇ ਨੇ, ਸਾਰਿਆਂ ਦੀ ਅਰਦਾਸ ਕਰਿਓ ਬਾਬਾ ਜੀ ਆਪ ਜੀ ਆਪਣੀ ਮਿਹਰ ਭਰੀ ਵਾੜ ਲਾ ਕੇ ਰੱਖਿਓ। ਇਸੇ ਤਰ੍ਹਾਂ ਸਾਰਿਆਂ ਨੂੰ ਸੰਗਤ ਦੀ ਅਸੀਸ, ਸੰਗਤ ਦੀ ਚਰਨ ਧੂੜ ਬਖਸ਼ਦੇ ਰਹਿਣਾ। ਆਓ ਹੁਣ ਸੰਗਤ ਜਿੱਥੇ ਬੈਠੇ ਹੋ ਆਪ ਜੀ, ਇਹ ਆਲਾ ਦੁਆਲਾ, ਇਹ ਸਾਰਾ ਗੁਰੂ ਸਾਹਿਬ ਦੀ ਅਸੀਸ ਨਾਲ ਆਪ ਜੀ ਬੈਠੇ ਹੋ, ਇਹ ਗੁਰੂ ਸਾਹਿਬ ਦੀ ਅਸੀਸ ਬਣੀ ਰਹੇ। ਅਤੇ ਮਹਾਂਪੁਰਖਾਂ ਵੱਲੋਂ ਹੁਕਮ ਹੈ ਦਾਸ ਨੂੰ ਕਿ ਕੈਲੀਫੋਰਨੀਆ ਤੋਂ ਭੈਣ ਜੀ ਗੁਰਵਿੰਦਰ ਕੌਰ ਜੀ ਆਏ ਨੇ, ਉਹਨਾਂ ਨੂੰ ਆ ਕੇ ਬੇਨਤੀ ਹੈ ਪਹਿਲੇ ਗੁਰੂ ਘਰ ਦੀ ਅਸੀਸ ਲੈ ਲੈਣ। ਉਹਨਾਂ ਚਿਰ ਤੱਕ ਸੰਗਤ ਵਾਹਿਗੁਰੂ ਦੀ ਅਸੀਸ ਸਾਰੇ ਕਰਿਓ ਜੀ। ਕਿਰਪਾ ਵਾਹਿਗੁਰੂ, 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 ਵਾਹਿਗੁਰੂ। ਬੋਲੇ ਸੋਨਿਹਾਲ ਸਤਿਗੁਰ ਮਿਹਰ ਕਰਨ। ਇਹ ਸਿਫਰਸਲਾ.com ਤੇ ਜਿਹੜਾ ਸਮਾਗਮ ਚੱਲ ਰਿਹਾ ਸਾਰਾ ਲਾਈਵ, ਕੈਲੀਫੋਰਨੀਆ, ਅਮਰੀਕਾ, ਯੂਕੇ, ਇੰਡੀਆ, ਇਹ ਸਾਰੀਆਂ ਸੰਗਤਾਂ ਹਰ ਵੀਰਵਾਰ ਜਿਵੇਂ ਲਾਭ ਪ੍ਰਾਪਤ ਕਰਦੀਆਂ ਨੇ, ਫਿਰ ਹਰੇਕ ਦਾ ਚਾਅ ਹੁੰਦਾ ਕਿ ਵੀਰਵਾਰ ਦੇ ਸਮਾਗਮ ਜਾ ਕੇ ਉੱਥੇ ਲਾਈਵ ਦਰਸ਼ਨ ਕਰੀਏ, ਸਾਰੀਆਂ ਉੱਥੋਂ ਸੰਗਤ ਦੀਆਂ ਅਸੀਸਾਂ ਲਈਏ। ਆਓ ਹੁਣ ਬੜੇ ਪਿਆਰ ਨਾਲ ਮਹਾਂਪੁਰਖਾਂ ਕੋਲੋਂ ਕਥਾ ਕੀਰਤਨ ਸਰਵਣ ਕਰੀਏ, ਸਾਰੀ ਸੰਗਤ ਅਸੀਸ ਦਿਓ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੇ ਅੰਚਲ ਲਾਵ ਅੰਚਲ ਲਾਵ ਵਾਲੇ ਬਾਜਾ ਵਾਲੇ
ਭੈਣਾ ਗੱਲਾਂ ਕਰਿਓ ਡਾਇਰੈਕਟ ਗੱਲਾਂ ਪਿਤਾ ਜੀ ਕਲਗੀਆਂ ਵਾਲ ਲੜਨਾ ਛੱਡਿਓ ਸੱਚੇ
ਰੋਟੀ ਪਕਾਉਂਦਿਆਂ ਵੀ, ਕੱਪੜੇ ਧੋਂਦਿਆਂ ਵੀ, ਸਫ਼ਰ ਕਰਦਿਆਂ ਵੀ, ਬਰਤਨ ਮਾਂਜਦਿਆਂ ਵੀ, ਰੋਟੀ ਖਾਂਦਿਆਂ ਵੀ, ਸੱਚੇ ਸੱਚੇ Thank you.
ਦੱਸਦੇ ਸੀ ਅੱਜ ਕੱਲ ਕਿੰਨਾ ਨਿਕਲਿਆ ਇਹ ਯੋਗਾ ਕਰੋ ਇਹ ਯੋਗਾ ਕਰੋ ਆ ਆਸਣ ਲਾਓ ਆਸਣ ਗੁਰੂ ਗ੍ਰੰਥ ਸਾਹਿਬ ਜੀ ਕਿਹੜਾ ਆਸਣ ਲਾਓ ਤੇਰੀ ਭਗਤੀ ਲਈ ਕਿਹੜਾ ਆਸਣ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਆਸਣ ਹੀ ਦੱਸੇ ਹੈ ਬਾਣੀ ਪੜਨ ਲਈ ਸਿਮਰਨ ਲਈ ਦੋ ਆਸਣ ਇਹ ਅਰਦਾਸ ਕਰੋ 2018 ਚ ਦੋਵੇਂ ਆਸਣ ਸਾਡੀ ਝੋਲੀ ਚ ਪੈਣ ਉਹ ਕਿਹੜੇ ਜਿਨ੍ਹਾਂ ਵਰਗਾ ਸ੍ਰਿਸ਼ਟੀ ਤੇ ਕੋਈ ਨਹੀਂ ਗੁਰੂ ਅਰਜਨ ਦੇਵ ਜੀ ਉਹ ਦੋ ਆਸਣ ਦੱਸਦੇ ਹੈ ਭਗਤੀ ਲਈ ਰੱਬ ਕੀ ਉਸਤਤ ਕਰੋ ਸੰਤ ਮੀ ਪ੍ਰਭ ਕੀ ਉਸ ਕਰੋ ਸੰਤ ਮੀ ਪ੍ਰਭ ਕੀ ਉਸਤਤ ਕਰੋ ਹੁਣ ਆਸਣ ਸੁਣ ਲਓ ਦੋ ਕਹਿੰਦੇ ਸਿੱਖ ਕੋਲ ਬਸ ਆ ਦੋ ਆਸਣ ਹੋਣ ਸਾਵਧਾਨ ਇਕਾਗਰ ਚੀਤ ਜਿੰਨੀ ਪਾਣੀ ਪੜਨੀ ਜਿੰਨਾ ਸਿਮਰਨ ਤੇਰੇ ਕੋਲ ਆ ਦੋ ਆਸਣ ਹੋਣ ਸਾਵਧਾਨ ਇਕਾਗਰ ਜੀਤ ਸਾਵਧਾਨ ਇਹ ਦੋ ਆਸਣ ਮੰਗੋ 2018 ਕਈ ਗੁਟਕਾ ਸਾਹਿਬ ਤੋਂ ਪਾਠ ਕਰਦੇ ਕਈ ਮੋਬਾਈਲ ਤੋਂ ਕਰਦੇ ਜਿੱਥੋਂ ਵੀ ਕਰਾਂ ਜੇ ਮੋਬਾਈਲ ਚ ਤੁਹਾਡੇ ਬਾਣੀ ਹੈ ਲੈਟਰ ਨਹੀਂ ਖੜਨਾ ਕਦੀ ਉਹਨਾਂ ਹੱਥਾਂ ਨਾਲ ਚਾਹ ਪੀ ਰਹੇ ਉਹਨਾਂ ਹੱਥਾਂ ਨਾਲ ਰੋਟੀ ਉਹਨਾਂ ਹੱਥਾਂ ਨਾਲ ਹੀ ਫਿਰ ਮੋਬਾਈਲ ਨਹੀਂ ਸੁੱਚੇ ਹੱਥ ਨਹੀਂ ਸੁਣਨਾ ਇਹਦੇ ਵਿੱਚ ਬਾਣੀ ਪੜੀ ਕਈ ਮੋਬਾਈਲ ਤੋਂ ਪਟ ਪਟ ਪਾਠ ਕਰਦੇ ਕਈ ਗੁਟਕਾ ਸਾਹਿਬ ਤੋਂ ਆ ਨਾ ਹੋਵੇ ਕਦੀ ਗੁਟਕਾ ਪਾਠ ਕਰਦਿਆਂ ਮੇਰੇ ਹੱਥ ਚੋਂ ਡਿੱਗਾ ਹੋਵੇ ਤੇ ਕਦੀ ਮੈਂ ਝੋਗ ਲੈ ਕੇ ਡਿੱਗਾ ਹੋਵਾਂ ਮੈਨੂੰ ਆ ਆਸਣ ਦੇ ਦੇ ਮੈਂ ਸਾਵਧਾਨ ਰਹਾਂ ਸਾਵਧਾਨ
ਸੰ 2018 ਚ ਆ ਦੇ ਦਿਓ ਇਕਾਗਰ ਆ ਦੋ ਆਸਣ ਨੇ ਸਾਡੇ ਬਾਬੇ ਦੇ ਤੂੰ ਚੌਂਕੜਾ ਮਾਰ ਕੇ ਪਾਣੀ ਪੜ ਰਹੇ ਤੈਨੂੰ ਲੱਗਦਾ ਪਿਆ ਵੀ ਕਦੀ ਸਿਰ ਮੇਰਾ ਡਿੱਗਦਾ ਪਿਆ ਤੇ ਕਦੀ ਗੁਟਕਾ ਸਾਹਿਬ ਹੱਥੋਂ ਡਿੱਗਦਾ ਪਿਆ ਤੇ ਕਹਿੰਦੇ ਉਸ ਵੇਲੇ ਤੂੰ ਉੱਠ ਕੇ ਤੁਰਨ ਫਿਰਨ ਲੱਗ ਪਿਆ ਇਹ ਵੀ ਤੇਰਾ ਆਸਣ ਹੀ ਨਹੀਂ ਇਹ ਵੀ ਤੇਰਾ ਆਸਣ ਹੀ ਉਸ ਕਮਰੇ ਚ ਖਲੋ ਗਿਆ ਜਾਂ ਚੱਲਣ ਫਿਰਨ ਲੱਗ ਪਿਆ ਬਈ ਨੀਂਦ ਦਾ ਕੰਟਰੋਲ ਹੋਵੇ ਸਾਵਧਾਨ ਵਾਲਾ ਆਸਣ ਮੈਂ ਪੰਜਵੇਂ ਬਾਬੇ ਗੁਰੂ ਅਰਜਨ ਦੇਵ ਜੀ ਦਾ ਕਿਹਾ ਸੰਭਾਲਾਂ ਤੁਰ ਫਿਰ ਕੇ ਸਿਮਰਨ ਜਾਂ ਬਾਣੀ ਉਹਦੀ ਵੀ ਤੇਰਾ ਆਸਣ ਹਿੱਲ ਗਿਆ ਤੂੰ ਉਹ ਸਾਵਧਾਨਤਾ ਨੂੰ ਸੰਭਾਲ ਰਿਹਾ ਛਿੱਟੇ ਮਾਰ ਲੈ ਪਾਣੀ ਦੇ ਉਹ ਸਾਵਧਾਨਤਾ ਨੂੰ ਸੰਭਾਲ ਦੂਜਾ ਆਸਣ ਮੰਗੋ ਸਾਵਧਾਨ ਬੋਲੋ ਜੀ ਇਕਾਗਰ ਬਸ ਆ ਸਿਮਰਨ ਕਰਦੇ ਹਾਂ ਪਾਠ ਕਰਦੇ ਹਾਂ ਸਿੱਖ ਨੂੰ ਦੋ ਆਸਣੀਆਂ ਚਾਹੀਦੀਆਂ ਜਿਵੇਂ ਹੁਣੇ ਬੱਬੀ ਭੈਣ ਜੀ ਬੋਲ ਰਹੇ ਜੋ ਕਥਾ ਕੀਰਤਨ ਚੱਲ ਰਿਹਾ ਹੋਵੇ ਤੇਰੇ ਅੱਗੇ ਗੁਰੂ ਦੀ ਪਿਕਚਰ ਚੱਲ ਰਹੀ ਹੈ ਉਹਨੂੰ ਕਹਿੰਦੇ ਇਕਾਗਰ ਇਕਾਗਰ ਆਸਣ ਇਹਦਾ ਕੀ ਸਵਾਦ ਦੱਸਾਂ ਸਾਵਧਾਨ ਉਹ ਕਿਹੜਾ ਆਸਣ ਸੁਸਤੀ ਨਾ ਪਵੇ ਸਾਵਧਾਨ ਰਹੇ ਇਕਾਗਰ ਚੀਤ ਕਿਹੜਾ ਆਸਣ ਐਡਾ ਕੁ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਹੋਵੇ ਕਿ ਗੁਟਕਾ ਸਾਹਿਬ ਤੇ ਪਾਠ ਕਰ ਰਿਹਾ ਗੁਟਕੇ ਤੇ ਵੀ ਤੈਨੂੰ ਕਲਗੀ ਧਰਦੇ ਇਕਾਗਰ ਹੋ ਕੇ ਦਰਸ਼ਨ ਹੋ ਰਹੇ ਹੋਣ ਸੀਸ ਦੇ ਉੱਤੇ ਵੀ ਹੋ ਰਹੇ ਹੋਣ ਜੇ ਗੁਰੂ ਗ੍ਰੰਥ ਸਾਹਿਬ ਦੀ ਝੋਰੀ ਚ ਬੈਠਾ ਤੇ ਉੱਥੇ ਵੀ ਹੋ ਰਹੇ ਹੋਣ ਤੇ ਕਿਤੇ ਕਿਤੇ ਬਿਰਤੀ ਸੱਚਖੰਡ ਚ ਜਾਵੇ ਤੇ ਉੱਥੇ ਵੀ ਹੋ ਰਹੇ ਸੁਰਤ ਬਾਹਰ ਜਾਵੇ ਇਹ ਗੁਰਗੋਬਾਲ ਸਿੰਘ ਕਹਿੰਦੇ ਭਾਈ ਵੀਰ ਸਿੰਘ ਜੀ ਦੀਆਂ ਕਿਤਾਬਾਂ ਪੜ੍ਹੋ ਹੁਸ਼ਿਆਰਪੁਰ ਦਾ ਭਾਈ ਦੇਉ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਮਾਲੀ ਦਾ ਕੰਮ ਸਿਖਾਇਆ ਉਹ ਨਾਲ ਨਾਲ ਬੂਟੇ ਲਾਉਂਦਾ ਸੀ ਨਾਲ ਨਾਲ ਘਾਹ ਲਾਉਂਦਾ ਸੀ ਨਾਲ ਨਾਲ ਪਨੀਰੀ ਲਾਉਂਦਾ ਸੀ ਤੇ ਕਹਿੰਦੇ ਉਹਦੀ ਵਸਥਾ ਭਾਈ ਵੀਰ ਸਿੰਘ ਲਿਖੀ ਮੁੱਖ ਚ ਵਾਹਿਗੁਰੂ ਰੱਖਦਾ ਸੀ ਸੀਸ ਦੇ ਉੱਤੇ ਇੰਜ ਭਾਵਨਾ ਬਣਾਉਂਦਾ ਸੀ ਬਾਜਾਂ ਵਾਲੇ ਦਾ ਪਹਿਰਾ ਨਾਲ ਹੀ ਐਸੀ ਸੁਰਤ ਪਰਪੱਕ ਸੀ ਇਕਾਗਰ ਜੀ 2018 ਵਿੱਚ ਪਿਤਾ ਜੀ ਆ ਦੋ ਆਸਣ ਦੇ ਦਿਓ ਪ੍ਰਭ ਕੀ ਪੁਸਤਕ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਗੁਰਤਾਰ
2018 ਦਾ ਇਹ ਪਹਿਲਾ ਸਮਾਗਮ ਹੈ ਵੀਰਵਾਰ। ਇੱਕ ਅਹਿਦਾਤ ਜ਼ਰੂਰ ਮੰਗਿਓ, ਇਹ ਛੇਕ ਬੰਦ ਕਰਦੀ। ਪਹਿਲੀ ਜਿਹੜੀ ਤੁਸੀਂ ਮੰਗੀ ਉਹ ਬਾਲਟੀ ਭਰਦੀ, ਬਰਤਨ ਭਰਦਾ। ਜਿਹੜੀ ਹੁਣ ਮੰਗਣ ਲੱਗੇ ਆ ਇਹ ਬਾਲਟੀ ਦੇ ਛੇਕ ਬੰਦ ਕਰਦੀ। 2018 ਚ ਬਾਬਾ ਜੀ ਸਾਰੇ ਬੂਟੇ ਦੀ ਝੋਲੀ ਚ ਆ ਪਾ ਦਿਓ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਆਇਆ ਭੈਣਾ ਬੋਲੋ ਮਨ ਨੀਵਾ ਦੋ ਵਾਰੀ ਸਿੱਖ ਇਹ ਛੇਕ ਬੰਦ ਕਰਦੀ ਦਾ ਸਿੱਖਾਂ ਦਾ ਸਿਆਣਪਾਂ ਦਾ ਛੱਜ ਮੇਰੇ ਸਿਰ ਤੋਂ ਲੱਥ ਜਾ। ਸਾਰੇ ਕੰਮ ਇਹੀ ਵਿਗਾੜਦਾ। ਬਹੁਤ ਸਿਆਣਪ ਜਮਕਾ ਹੋ ਗਿਆ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। ਨਾ ਤੂੰ ਆਵੇਂ ਵਸ ਕਿਤੇ ਸਿਆਣਪੇ। ਯਾਰ 2018 ਵਿੱਚ ਛੇਕ ਮੇਰੇ ਬੰਦ ਕਰ ਦਿਓ। ਜਿੱਧਰੋਂ ਕਮਾਈ ਡੁੱਲਦੀ ਹੈ ਸਿਆਣਪਾਂ ਦਾ ਛੱਜ ਮੇਰੇ ਸਿਰ ਤੋਂ ਲਾ ਦੇ। ਬੜਾ ਹੀ ਆਨੰਦ ਜੇ ਭੋਲੇ ਪੰਨ ਵਿੱਚ ਫਿਰ ਗੁਰੂ ਵਰਤਦਾ ਬਾਜਾਂ ਵੱਲਾ ਵਰਤਦਾ। ਤੇਰੇ ਕੰਮਾਂ ਵਿੱਚ ਫਿਰ ਉਹ ਵਿਚਰਨ ਲੱਗਦਾ। ਦੋ ਹਜ਼ਾਰ 2018 ਮੇਰੀ ਰਸਨਾ ਚੱਲੇ ਤੇ ਇਸ ਵਾਸਤੇ ਚੱਲੇ, ਕਿਸੇ ਦਾ ਮੇਲ ਕਰਾਉਣ ਵਾਸਤੇ ਚੱਲੇ, ਕਿਸੇ ਨੂੰ ਤੋੜਨ ਲਈ ਨਾ ਚੱਲੇ। ਨਿਮਰਤਾ ਦੀਆਂ ਦਾਤਾਂ ਦਾ ਕਿਨਕਾ ਗਰੀਬ ਨਵਾਜ ਝੋਲੀ ਚ ਪਾ ਦੇ। ਇਹਦੇ ਸਦਕਾ ਤੁਹਾਡੀ ਕਮਾਈ ਸੰਭਾਲੀ ਜਾਂਦੀ ਹੈ। ਜੇ ਇਹ ਨਿਮਰਤਾ ਨਾ ਹੋਵੇ ਤੇ ਫਿਰ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਉਹਨੇ ਭਾਂਡਾ ਭਰਿਆ ਹੋਮੇ ਨੇ ਡੋਲਤਾ, ਆਖੋ ਸਾਧ ਸਿਆਣਪਾਂ ਨੇ ਡੋਲਤਾ। ਹਾ
ਕਮਾਈ ਤੇ ਪ੍ਰਿਥੀ ਜਾਂਦੀ ਵੀ ਸੀ, ਕਮਾਈ ਤੇ ਧੀਰਮਲ ਦੀ ਵੀ ਸੀ। ਦੋ ਚਾਰ ਘੰਟੇ ਦੇ ਚੌਂਕੜੇ ਮਾਰ ਕੇ ਬਾਲਟੀ ਭਰਦੇ ਸਨ, ਫਿਰ ਸਿਆਣਪਾਂ ਤੇ ਈਰਖਾ ਵਿੱਚ ਡੋਲ ਕੇ ਬਹਿ ਜਾਂਦੇ ਸੀ ਆਖੋ ਸਾ ਖਾਲੀ ਦੇ ਖਾਲੀ। ਕੀ ਸਵਾਲ ਦੱਸਣ, ਕਿਸੇ ਕੰਮ ਨੂੰ ਤੁਰੇ ਹੋ, ਕੋਈ ਕੰਮ ਕਰਨ ਲੱਗੇ ਹੋ, ਕਰਨ ਤੋਂ ਪਹਿਲਾਂ ਬਾਬੇ ਨਾਨਕ ਦੀ ਜਪਜੀ ਸਾਹਿਬ ਤੁਹਾਡੇ ਮੂੰਹ ਤੇ ਹੋਵੇ, ਸਤਿਗੁਰੂ ਕਾਰਜ ਰਾਸ ਕਰ ਦੇਈ। ਰਾਸ ਹੋਣ ਤੋਂ ਬਾਅਦ ਛਾਲਾ ਮਾਰਦੀ ਨਾ ਆਜੇ, ਕੀਤਾ ਕਿ ਨਹੀਂ ਕੰਮ, ਉਦੋਂ ਵੀ ਤੇਰੇ ਮੁੱਖ ਤੇ ਜਪਜੀ ਸਾਹਿਬ ਦਾ ਪਾਠ ਹੋਵੇ ਵੀ ਸ਼ੁਕਰ ਹੈ ਕਾਰਜ ਹੋ ਗਿਆ ਆਖਰ ਸਤਿਗੁਰੂ। ਕੀ ਸਵਾਲ, ਸਿੱਖਾਂ ਦਾ ਮੰਨੀ ਨਾ ਮਤੇ, ਸਿੱਖਾਂ ਦਾ ਮੰਨੀ ਨਾ ਮਤੇ, ਸਿੱਖਾਂ ਦਾ ਮੰਨੀ ਨਾ ਮਤੇ, ਆ ਦਾਤਾਂ ਦੇ ਦਿਓ ਗਰੀਬੀ ਝੋਲੀ ਚ ਤੇ ਬਾਜਾਂ ਨੇ ਕਹਿਣਾ ਵੀ ਤੁਸੀਂ 2018 ਚ ਸੌਦਾ ਮਹਿੰਗਾ ਮੰਗਦੇ ਪਏ ਹੋ ਆਖੋ ਸਾਧ ਨਾਲੇ ਕਹਿੰਦੇ ਹੋ ਪ੍ਰਭ ਦੀ ਉਸਤਤ ਕਰੋ ਸੰਤਵੀਰ ਸਾਵਧਾਨ ਤੇ ਕਾਗਰ ਇਹ ਦੋ ਆਸਣਾਂ ਨਾਲ ਭਗਤੀ ਕਰ ਸਾਵਧਾਨ ਵੀ ਤੇ ਕਾਗਰ ਤੇ ਮਨ ਮੇਰਾ ਨੀਵਾਂ ਰਵੇ ਮਤ ਉੱਚੀ ਰਵੇ ਨਿਮਰਤਾ ਬਾਜਾਂ ਨੇ ਕਹਿਣਾ ਸੌਦਾ ਏਡਾ ਮਹਿੰਗਾ ਮੰਗਣ ਡੇ 2018 ਚ ਕਿਵੇਂ ਦੇ ਸੌਦਾ ਬੜਾ ਮਹਿੰਗਾ ਤੇ ਫਿਰ ਮਾੜਾ ਜਾ ਮਾੜਾ ਜਾ
ਵਿਚੋਲਾ ਪਾਲੋ ਆਖੋ ਸਾਹਿਬ ਵਿਚੋਲਾ ਪਾਲੋ ਮਾਤਾ ਨੂੰ ਮਾਂ ਗੁਜਰੀ ਦੇ ਨਾਲ ਸਾਡੀ ਪਲ ਪਲ ਕਰਿਓ ਕਰਿਓ ਬੋਲਣਾ ਜੇ ਕੱਕਾ ਰਾਰਾ ਊੜਾ ਇੱਕ ਕਰੋ ਕਰੋ ਨਾ ਤੁਹਾਡਾ ਠਾਹ ਵੱਜਦਾ ਕਰਿਓ ਪਿਤਾ ਜੀ ਕਰਿਓ ਇਸ ਬੂਟੇ ਦੀ ਮਾਤਾ ਜੀ ਦਾ ਪਿਆਰ ਭਰਿਆ ਤੁਹਾਡੇ ਚਰਨਾਂ ਦੇ ਨਾਲ ਪਿਆਰ ਹੈ ਮਾਂ ਗੁਜਰੀ ਵੇਲਾ ਸਾਡੀ ਪਲ ਪਲ ਕਰੇ ਉਹ ਸੰਭਾਲ ਮਾਂ ਗੁਜਰੀ ਸਾਰੀਆਂ ਭੈਣਾਂ ਬੋਲੋ ਮਾਂ ਹਮਰੀ ਕਰੋ ਪਿਤਾ ਜੀ ਹਮਰੀ ਕਰੋ ਖਾਤੇ ਰੱਖਿਆ ਪੂਰਨ ਪਏ ਚਿਤ ਕੀ ਇੱਛਾ ਤਵ ਚਰਨਨ ਮਨ ਰੇ ਹਮਾਰਾ ਆਪਣਾ ਜਾਨ ਆਪਣਾ ਜਾਨ ਕਰੋ ਪ੍ਰਤਪਰ ਮਾਂ ਗੁਜਰੀ ਮਾਂ ਗੁਜਰੀ ਤੇ ਲਾ ਸਾਡੀ ਪਲ ਪਲ ਕਰਿਓ ਸੰਭਾਲ ਸਾਰੀਆਂ ਭੈਣਾਂ ਘੜੀ ਘੁੜੀ ਨਾ ਵੇਖਿਓ ਅੱਜ ਪਾਓ ਤਰਲਾ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਪ੍ਰਭ ਜੀਓ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਪਲੇ ਹਮ ਥਾਰੇ ਬੁਰੇ ਪਲੇ ਹਮ ਥਾਰੇ ਮਾਂ ਗੁਜਰੀ ਦੇ ਲਾਲ ਸਾਡੀ ਪਲ ਪਲ ਕਰਿਓ ਸੰਭਾਲ ਪਲ ਕਰਿਓ ਸੰਭਾਲ ਸਾਰੀਆਂ ਭੈਣਾਂ ਮਾਂ ਗੁਜਰੀ ਵਾਹ ਵਾਹ ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਧ ਪਛਾ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਂ ਗੁਜਰੀ ਪਿਤਾ ਜੀ ਕਰਿਓ ਸੰਭਾਲ ਗੁਰਤਾਰ ਤਾਰਣ ਹਾਰੇ ਗੁਰਤਾਰ ਤਾਰਣ ਹਾਰੇ ਗੁਰਤਾਰ ਤਾਰਣ ਹਾਰੇ
Tar